ਮੰਨ ਗਏ ਤੁਸ ਕੈਮਰੇ ਸਾਹਮਣੇ ਤਾਂ ਨਹੀਂ ਕਦੇ ਸੁਣਾਇਆ ਉਹ ਗਾਣਾ ਉਹ ਤਾਂ ਮੈਨੂੰ ਮੈਂ ਸਪੈਸ਼ਲ ਮੋਮੈਂਟ ਲਈ ਰੱਖਿਆ ਚਾਰ ਪੰਜ ਮਿੰਟਾਂ ਦਾ ਇੱਕੋ ਸਾਹ ਦੇ ਮੇਰੇ ਤੁਰਕੀ ਕੀ ਹਾਲ ਕਰਦੇ ਮੈਨੂੰ ਕਾਲ ਦਨਾ WhatsApp ਤੇ ਤੇ ਉਹਨੇ ਸੁਣੀ ਹੈ ਨਾ ਚੈਨਲ ਤੇ ਪ੍ਰਾਈਵੇਟ ਕਰਕੇ ਪਾ ਲਾਣਾ ਉਹਨੇ ਇਕੱਲੀ ਨੇ ਵੇਖਿਆ ਕਰਨਾ ਇਹਦਾ ਗਾਣਾ ਇੰਨੇ ਡੱਬੇ ਸਾਊਥ ਅਫਰੀਕਨ ਕਾਕਰੋਚਸ ਇੰਨੇ ਵੱਡੇ ਵੱਡੇ ਚੂਹੇ ਦੇ ਮੇਰੇ ਉੱਤੇ ਪਤਾ ਨਹੀਂ ਕਿੰਨੇ ਅੰਡੇ ਦੇ ਕੇ ਚੱਲ ਗਏ ਹੋਰ ਮੈਨੂੰ ਡਰ ਨਹੀਂ ਲੱਗੂ ਕੀ ਲੱਗੂ ਪਤਾ ਨਹੀਂ 5 ਮਿੰਟ ਅੰਦਰ ਬੈਠੀ ਸੀ ਡੱਬੇ ਮੈਂ ਵੀ ਉਹੀ ਰਾਈਡ ਜੀ ਲਈ ਸੀਗੇ ਬੇਬੀ ਫੈਟੀ ਬਹੁਤ ਸੀ ਮੇਰੇ ਮੂੰਹ ਤੇ ਅਜੇ ਵੀ ਆ ਨਹੀਂ ਲੱਗਦੀ ਸੀ ਪਰ ਉਦੋਂ ਵੀ ਸਹੀ ਲੱਗ ਮੈਂ ਦੇਖਿਆ ਤੁਹਾਡੀ ਸ਼ੂਟ ਮੈਂ ਤੁਹਾਨੂੰ ਪਹਿਲਾ ਸ਼ਾਟ ਦਿਖਾਦਾ ਮੈਂ ਸ਼ੀਸ਼ੇ 'ਚ ਆਪਣੇ ਆਪ ਨੇ ਦੇ ਦੇ ਮੈਂ ਕਿਹਾ ਤਾਂ ਮੈਂ ਸ਼ੀਸ਼ੇ 'ਚ ਪੂਰੀ ਨਹੀਂ ਆਉਂਦੀ ਰੋਟੀ ਦਾ ਕਲਾ ਖਰਾਬ ਹੋ ਗਿਆ ਪਤਾ ਨਹੀਂ ਕੀ ਖਾਂਦੀ ਗੁੰਦੀ ਜਾਂ ਚੀਕਾ ਮਾਰਦੀ ਹੋਣੀ ਇੱਕ ਦਿਨ ਦਾ ਕਲਾ ਖਰਾਬ ਹੋ ਗਿਆ ਸੀ ਕਿ ਮੇਰਾ ਗਲਾ ਬਹਿ ਗਿਆ ਇਹਦਾ ਗਲਾ ਬਹਿ ਗਿਆ ਤੇਦੀ ਮੰਮੀ ਨੇ ਇਹਦੇ ਗੱਲ ਚ ਪੱਟਾ ਬਾਕੇ ਭੇਜਤਾ ਪਿੱਛੇ ਵੀ ਲੇਕੇ ਭੇਜਤਾ ਵੀ ਡੂਨਟ ਟਾਕ ਟੂ ਮੀ ਸੋ ਇੱਕ ਛੋਟੀ ਜੀ ਗੇਮ ਖੇਡ ਲਿਆ ਉਸ ਤੋਂ ਬਾਅਦ ਫਿਰ ਥੋੜੀ ਖੋਲ ਦੁੱਲਾ ਪਤਾ ਕਰਾਂਗੇ ਔਰ ਤੁਸੀਂ ਤਾਂ ਦੋਨਾਂ ਨੇ ਗਾਣਾ ਗਾ ਦਿੱਤਾ ਐਮੀ ਸਰ ਦਾ ਰਹਿ ਗਿਆ ਹੈ ਅੱਜ ਹੀ ਗਾਣਾ ਨਾਲ ਟੌਰ ਸਰਦਾਰ ਸਾਹਿਬ ਦੀ ਰਿਲੀਜ਼ ਹੋਇਆ ਉਹ ਸੁਣਾਗੇ ਅਸੀਂ ਉਹ ਤੇ ਹੁਣ ਜਿੱਥੇ ਮੇਰੇ ਪ੍ਰਾਣੇ ਨਹੀਂ ਇਹ ਤਾਂ ਨਵਾਂ ਆਇਆ ਜੀ ਹੋਰ ਸੁਣਾ ਦਿੰਦੇ ਐਸੇ ਫਿਲਮ ਚ ਸਾਡੇ ਕੋਠੇ ਉੱਤੇ ਚਿਨੇ ਨੇ ਸਾਡੇ ਕੋਠੇ ਉੱਤੇ ਚਿਨੇ ਨੇ ਹੋ ਤੇਰੀ ਮੇਰੀ ਜੋੜੀ ਸੋਹਣੀ ਐ ਤੇਰੀ ਮੇਰੀ ਜੋੜੀ ਸੋਹਣੀ ਐ ਜਿਵੇਂ ਮੁੰਦੀ ਚ ਨਗਿਨੇ ਨੇ ਜਿਵੇਂ ਮੁੰਦੀ ਚ ਨਗਿਨੇ ਨੇ ਵਾਹ ਵਾਦ ਨਾਈਸ ਗਾਣੇ ਬਹੁਤ ਪਿਆਰੇ ਹੈ ਮੈਂ ਪਹਿਲੇ ਵੀ ਤਾਰੀਫ ਕਰ ਚੁੱਕੀ ਹਾਂ ਸੱਚੀ ਗਾਣੇ ਬਹੁਤ ਪਿਆਰੇ ਹਰ ਚੀਜ਼ ਪਿਆਰੀ ਹੈ ਸੋ ਮੈਂ ਜਾਉਂਗੀ ਪਲੀਜ਼ ਤੁਸੀਂ ਅਸੀਂ ਇਹਨਾਂ ਨਾਲ ਗੇਮ ਖੇਡਣੀ ਹੈ ਸੋ ਟੀਮ ਤੋਂ ਆ ਕੇ ਕੋਈ ਟੇਬਲ ਪਲੀਜ਼ ਇੱਕ ਜੇ ਲੈ ਕੇ ਆਵੇ ਹੁਣ ਤੁਹਾਨੂੰ ਮੈਂ ਉਹ ਤਾਂ ਗੇਮ ਥੋੜੀ ਸਮਝਾ ਦੇ ਦਿੰਨੀ ਹਾਂ ਅ ਇੱਕ ਗਲਾਸਸ ਹੈ ਇੱਕ ਛੋਟੀ ਜਿਹੀ ਬਾਲਸ ਹੈਗੀਆਂ ਤੁਸੀਂ ਇੱਕ ਗਲਾਸ ਦੇ ਵਿੱਚ ਟਰਨ ਬਾਈ ਟਰਨ ਟਰਾਈ ਕਰਨਾ ਕਿ ਉਹਦੇ ਅੰਦਰ ਜਿਹੜੀ ਹੈ ਬਾਲ ਜਾਵੇ ਗਲਾਸਸ ਦੇ ਵਿੱਚ ਤੇ ਜਿਸ ਜਿੱਦਾਂ ਸਰਗੁਣ ਤੋਂ ਨਹੀਂ ਪਈ ਆ ਐਮੀ ਤੋਂ ਨਹੀਂ ਪਈਆਂ ਨਿਮਰਤ ਤੋਂ ਨਹੀਂ ਪਈ ਤੇ ਉਹਨੂੰ ਜਿਹੜਾ ਜਿਹੜਾ ਡੇਅਰ ਹੈ ਜੇ ਸਰਗੁਣ ਤੋਂ ਨਹੀਂ ਪਈ ਤੇ ਐਮੀ ਜਾਂ ਨਿਮਰਤ ਵਿੱਚ ਉਹ ਹੋ ਗਿਆ ਕੋਈ ਜਾਂ ਫਿਰ ਅਗਰ ਐਮੀ ਸਰ ਤੋਂ ਨਹੀਂ ਪਈ ਤੇ ਸਰਗੁਣ ਜਾਂ ਨਿਮਰਤ ਵਿੱਚ ਹੋ ਜਾਂ ਫਿਰ ਤੁਸੀਂ ਐਂਡ ਵਿੱਚ ਨਹੀਂ ਪਈ ਤੇ ਦੋਨੋਂ ਤੁਹਾਡੇ ਲਈ ਕੀ ਸੋਚਦੇ ਨੇ ਡੇਅਰ ਉਹ ਹੋਵੇਗਾ ਸੋ ਟਰਾਈ ਕਨਸਟ ਫਸਟ ਨਿਮਰਤ ਚਲੋਗੇ ਐਮੀ ਜਰ ਤੁਸੀਂ ਆਓ ਪਲੀਜ਼ ਕਿੱਥੋਂ ਪੌਣੀ ਕਿਧਰੋਂ ਆ ਕਿਹੜੇ ਪਾਸੇ ਹਾਂ ਓਕੇ ਥੋੜਾ ਜਿਹਾ ਲੈਪਲ ਅਸੀਂ ਮੈਂ ਕਰ ਲੈਣਾ ਮੈਨੇਜ ਹਾਂਜੀ ਹਾਂਜੀ ਥੈਂਕ ਯੂ ਥੋੜਾ ਜਿਹਾ ਤੁਹਾਨੂੰ ਡਿਸਟੈਂਸ ਰੱਖਣਾ ਪੈਣਾ ਨੀਡਿਡ ਗਲਾਸੇਜ਼ ਦੀ ਆ ਗਲਾਸੇਜ਼ ਐ ਨੀ ਗਲਾਸੇਜ਼ ਦੀ ਫੋਮ ਨਾ ਇਹ ਇੱਦਾਂ ਇਕੱਠੇ ਰੱਖੇ ਹੁੰਦੇ ਆ ਵੈਸੇ ਤਾਂ ਉਸ ਗੇਮ ਲਈ ਨਾ ਜਿੱਦਾਂ ਇੱਦਾਂ ਪਏ ਹੁੰਦੇ ਆ ਤੁਹਾਨੂੰ ਇੱਦਾਂ ਰੱਖਦੀ ਐ ਅੱਗੇ ਨਹੀਂ ਨਹੀਂ ਗਲਾਸੇਜ਼ ਵੀ ਵੈਸੇ ਰਿੱਖਾ ਪਏ ਹੁੰਦੇ ਆ ਵੈਸੇ ਕੋਈ ਤਾਂ ਜ਼ਰੂਰ ਆਪਣਾ ਟੇਬਲ ਛੋਟਾ ਟੱਪਾ ਖਵਾ ਕੇ ਪਾਉਣੀ ਹੁੰਦੀ ਹੈ ਨਾ ਆ ਸਿੱਧੇ ਵੀ ਪਾ ਸਕਦਾ ਬੰਦਾ ਕੋਈ ਇੱਥੇ ਟੱਪਾ ਖਵਾ ਕੇ ਨਾ ਇਦਾਂ ਐ ਪਾਉਂਦੇ ਹੁੰਦੇ ਮੈਂ ਤੁਹਾਨੂੰ ਇੱਕ ਟਰਾਈ ਬਾਲ ਦਿੰਦਾ ਵੈਸੇ ਇਹਨੇ ਇੱਕ ਫਾਰਮੇਸ਼ਨ ਦੇ ਦਿਓ ਇਦਾਂ ਪਾਉਂਦਾ ਹੁੰਦਾ ਬੰਦਾ ਇੱਥੋਂ ਖੜ ਕੇ ਇੱਥਾ ਪੈਂਦੀ ਪਊਗੀ ਨਹੀਂ ਪਊਗੀ ਨਾ ਉਹਦੀ ਮਰਜ਼ੀ ਹੈ ਇਹ ਬਾਲ ਦੀ ਮਰਜ਼ੀ ਆ ਇਹ ਬਾਲ ਦੀ ਮਰਜ਼ੀ ਪੈਂਦੀ ਕਿ ਨਹੀਂ ਪੈਂਦੀ ਚਲੋ ਠੀਕ ਆ ਓਕੇ ਡੇਅਰ ਸੋਚੋ ਭਾਈ ਡੇਅਰ ਸੋਚੋ ਤੁਸੀਂ ਦੋਨੋਂ ਲੈਣੇ ਸੀ ਓ ਓਖਾ ਉੱਜਾਕਾ ਹਾਂ ਓਕੇ ਹੁਣ ਇਹਦੇ ਤੁਹਾਨੂੰ ਸਪੇਸ ਵੱਜੂਗੀ ਇੱਕ ਟੱਪਾ ਇੱਥੇ ਇੱਥੇ ਖਾਓ ਇੱਥੇ ਖਾਓ ਇੱਥੇ ਖਾਓ ਈਜ਼ੀ ਹੈ ਤੁਹਾਡੇ ਲਈ ਮੇਬੀ ਆ ਡੋਨੋ ਆ ਗਲਾਸ ਹਿੱਲਣਗੇ ਨਾ ਤਾਂ ਨਹੀਂ ਪੈਂਦੀ ਕਿਵੇਂ ਆਪਾਂ ਆਪਾਂ ਚੇਂਜ ਕਰ ਸਕਦੇ ਆ ਜੇ ਹੈ ਸਾਡੇ ਕੋਲ ਟਾਈਮਰਸ ਇੱਥੇ ਰੱਖ ਲੈਣੇ ਚੇਂਜ ਕਰ ਇੱਧਰ ਇੱਧਰ ਕਿੱਥੋਂ ਪਾਵਾਂਗੇ ਉਧਰੋਂ ਹਾਂ ਉਧਰੋਂ ਪਾ ਲੂ ਉਧਰੋਂ ਇੱਥੇ ਪਾ ਸਕਦੇ ਹੋ ਇੱਚ ਉਧਰੋਂ ਇੱਕ ਗਲਾਸ ਦਾ ਤੁਹਾਨੂੰ ਸਰਫੇਸ ਏਰੀਆ ਮਿਲਣਾ ਵੇ ਟੱਪਾ ਖਾ ਕੇ राइट फॉर्म यही है चलो ਤੁਸੀਂ ਮੈਂ ਇੱਕ ਹੋ ਟ੍ਰਾਈ ਕਰੂੰਗਾ ਆ ਗਿਆ ਆ ਗਿਆ ਤੇ ਨਹੀਂ ਤੇ ਬਟਾ ਤੁਸੀਂ ਜ਼ਰੂਰ ਐਸੀ ਵੀ ਡੈਰ ਤਾਂ ਲੈਣੀ ਆ ਤੂੰ ਕਿਸੇ ਵੀ ਪਾਸੇ ਰੱਖ ਲਾ ਕਿਹੜੀ ਪੈ ਜੂਗੀ ਬਾਲ ਤੇ ਹੁਣ ਕੀ ਕਰੀਏ ਫਿਰ ਤੁਸੀਂ ਪਾ ਲਿਓ ਖਾਨ ਸਾਹਿਬ ਨਾ ਨਾ ਮੈਂ ਤਾਂ ਕਹਿ ਰਹੀ ਹਾਂ ਕਿ ਕੁਝ ਵੀ ਨਾ ਕਰੀਏ ਬਾਬਾ ਜਾਨ ਦਾ ਓਹ ਹੁਣ ਤੋ ਬਚ ਗਿਆ ਯੋ ਆਓ ਨਿਮਰਤ ਮੈਮ ਤੁਸੀਂ ਆਓਗੇ ਕਿ ਸਰਗੁਣ ਮੈਮ ਆਓਗੇ ਜਾ ਤੂੰ ਕੋਲੇ ਆ ਕੋਲੇ ਆ ਖਿਡਾਰੀ ਪਹਿਲੇ ਯਾਰ ਮੰਨੀ ਬੈਠੇ ਆ ਓਕੇ ਵਿਚੋ ਜਿਵੇਂ ਸਿੱਲਨੀ ਹੈ ਤੂੰ ਉਣ ਜਿਤਨਾ ਹੋਰ ਅੱਜ ਮਾਰ ਮਰੇ ਅੰਜ ਕਿੱਦਾਂ ਹੌਲੀ ਹੌਲੀ ਸਿੱਟੀ ਹੌਲੀ ਵਾਹਿਗੁਰੂ ਬਾਈ ਨਹੀਂ 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 ਤੁਸਤੇ ਤੁਸੀਂ ਮੈਨਸ ਨਹੀਂ ਪਹੁੰਗੋਗੀ ਆ ਜੋ ਸਰਗੁਨ ਜੀ ਵੇਹ ਤੱਕ ਹੈ ਮੈਂ ਮੇਰੀ ਮੈਂ ਸੱਚੀ ਨਹੀਂ ਖੇਟਣਾ ਕੋਈ ਨਾ ਮੈਨੂੰ ਨਹੀਂ ਕੁਛ ਕਦੇ ਨਹੀਂ ਹੋਈ ਤੈਨੂੰ ਮੈਨੂੰ ਇਹਨਾਂ ਦੁੱਖ ਕਦੇ ਨਹੀਂ ਹੋਇਆ ਥੋੜੀ ਜਿਹੀ ਮੈਨੂੰ ਤਾਂ ਕੁਝ ਦੇਖੇ ਨਹੀਂ ਰਹਾ ਕੋਈ ਪ੍ਰੈਕਟਿਸ ਮੈਚ ਰੱਖਣਾ ਤਾਂ ਰੱਖ ਲਓ ਕੋਈ ਗੱਲ ਕੀ ਪ੍ਰੈਕਟਿਸ ਮੈਚ ਰੱਖ ਲਾਂ ਹਾਂ ਕਰ ਲਓ ਟਰਾਈ ਇੱਕ ਵਾਰ ਟਰਾਈ ਆਊਟ ਓਹ

ਇਹਨਾਂ ਦੇ ਕੋਲ ਡੇਅਰ ਵੀ ਨਹੀਂ ਹੈਗਾ ਡੇਅਰ ਉਹਨਾਂ ਕੋਲ ਹੋਣਾ ਪਲੀਜ਼ ਇਹਨਾਂ ਦੇ ਕਿਉਂਕਿ ਆ ਡੇਅਰ ਦੇਣ ਦੇ ਠੰਡ ਬੈਠ ਕੇ ਬੰਦਾ ਨਰ ਬੈਠ ਕਾ ਲਾ ਅੱਛਾ 30 35 ਪੁਸ਼ਅਪਸਲਾ ਕੇ ਦੁਪਾਟਾ ਭਲਾ ਕੇ ਭੇਜਦੇ ਕੋਈ ਇਧਰ ਡੇਅਰ ਦੋ ਜੋ ਇਹ ਸੂਟ ਚ ਮੈਂ ਵੈਸੇ ਮੰਨਾ ਪੈਣਾ ਉਹ ਤਾਂ ਫਰਸਟ ਟ੍ਰਾਇਲ ਪੋਲਸੀ ਕੋਈ ਵੀ ਬੰਦਾ ਇਹਨੂੰ ਕਹਿ ਸਕਦਾ ਵੀ ਕਿੱਥੇ ਗਊਗਾ ਵੀ ਗਾਣਾ गा ਕੇ ਸੁਣਾ ਤੇ ਇਹ ਸੁਣਾ ਦੇ ਤੇ ਮੇਰੀ ਮੌਤ ਹੋ ਜੇ ਸੰਦ ਸੁਣਦੇ ਸੀ ਮਤਲਬ ਉਹ ਮੇਨ ਲਈ ਡੇਅਰ ਥੋੜੀ ਹੋਈ ਉਹ ਤਾਂ ਮੈਂ ਕਰਨਾ ਚਾਹੁੰਦੀ ਪਰ ਤੁਸੀਂ ਕੈਮਰੇ ਸਾਹਮਣੇ ਤਾਂ ਨਹੀਂ ਕਦੇ ਸੁਣਾਇਆ ਉਹ ਗਾਣਾ ਉਹ ਤਾਂ ਮੈਨੂੰ ਮੈਂ ਸਪੈਸ਼ਲ ਮੂਮੈਂਟ ਲਈ ਰੱਖਿਆ ਨਾ ਨਹੀਂ ਉੱਥੇ ਹੀ ਵਧੀਆ ਲੱਗਦਾ ਇੱਥੇ ਵਧੀਆ ਲੱਗਣਾ ਨੇ ਉਹ ਜਦੋਂ ਕਮਲ ਕਤੋਂਦੀ ਉੱਥੇ ਹੀ ਖਰੀ ਲੱਗਦੀ ਉਹ ਵੈਸੇ ਵੀ 4-5 ਮਿੰਟ ਦਾ ਆਇਆ ਚਾਰ-ਪੰਜ ਮਿੰਟ ਦਾ ਇੱਕੋ ਸਾਜ ਹੈ ਮੇਰੇ ਤੋਂ ਰੁਕਦੀ ਕੀ ਹਾਲ ਕਰਦੇ ਨੇ ਜਿਵੇਂ ਬੰਦਾ ਰੇਡ ਤੋਂ ਰੇਡ ਨਹੀਂ ਥੱਲੇ ਰੇਡ ਦਾ ਫਿਰ ਰੁਕੇ ਹੀ ਨਹੀਂ ਜਾਂਦਾ ਓਵੇਂ ਕੰਦੀ ਚੁੱਪ ਵੀ ਕਰਾਉਂਦੇ ਨਹੀਂ ਉਹ ਕਰਦੀ ਹੁੰਦੀ ਉਹਦੇ ਜੀ ਕੋਈ ਹੈ ਢੇਰ ਫਿਰ ਇਹਨਾਂ ਲਈ ਅੱਪੀਂ ਲੈ ਲਾ ਗਿਡੇਰ ਆਪਣੇ ਆਪ ਨੂੰ ਹੈ ਨਾ ਮੈਂ ਤੁਹਾਨੂੰ ਡੇਰ ਦਿੰਦੀ ਆ ਕਿ ਤੁਸੀਂ ਮੇਰਾ ਗਾਣਾ ਆਪਦੇ ਆਪ ਦੇ ਚੈਨਲ ਤੇ ਰਿਲੀਜ਼ ਕਰੋ ਤੁਹਾਡਾ ਸੱਚੀ ਗਾਣਾ ਆ ਰਿਹਾ ਹੈ ਦੇਖਿਆ ਤੁਸੀਂ ਉਹਦਾ ਝੂਠਾ ਕਿ ਤੁਸੀਂ ਸੱਚੀ ਆ ਤੁਸੀਂ ਸ਼ੋਅ ਵੀ ਲਗਵਾ ਰਹੇ ਹੋ ਇਹਨਾਂ ਤੇ ਹਾਂਜੀ ਸਰ ਜੀ ਨਿਮਰਤ ਬਡੂਸ ਕਰ ਰਹੀ ਹੈ ਇਹ ਸਭ ਦਾ ਗਾਣਾ ਇਹਨਾਂ ਦੋਨੇ ਜਣੀਆਂ ਨੇ ਸੁੰਣਾ ਉਹਨੇ ਇਹਨੂੰ ਘੱਲਦਣਾ WhatsApp ਤੇ ਤੇ ਉਹਨੇ ਸੁਣੀ ਹੈ ਨਾ ਚੈਨਲ ਤੇ ਪ੍ਰਾਈਵੇਟ ਕਰਕੇ ਪਾ ਲੈਣਾ ਉਹਨੇ ਕੱਲੀ ਨੇ ਵੇਖਿਆ ਕਰਨਾ ਇਹਦਾ ਗਾਣਾ ਦੋਨੇ ਜਾਨੀਆ ਸੁਣਨੀ ਓਕੇ ਠੀਕ ਇੱਕ ਛੋਟੀ ਜਿਹੀ ਗੇਮ ਹੋ ਰਹੀ ਹੈ ਫਿਰ ਨਹੀਂ ਮਤਲਬ ਤੁਸੀਂ ਡੇਅਰ ਕਰੋਗੇ ਕੋਈ ਹੈਗੀ ਨਹੀਂ ਉਹਨਾਂ ਦੇ ਕੋਲ ਕੋਈ ਡੇਅਰ ਕਹਿ ਤਾਰੇ ਤੁਹਾਨੂੰ ਕਿ ਮੈਂ ਤੈਨੂੰ ਡੰਡ ਬੈਟ ਕੇ ਕਹਿੰਿਆ ਡੰਡ ਬੈਟ ਕੇ ਤਾਂ ਨਹੀਂ ਕਰੀ ਮੈਂ ਹੁਣ ਸੂਟ ਪਾ ਕੇ ਇੱਧਰ ਆਈਸ਼ਾ ਚਲੋ ਠੀਕ ਆਪਾਂ ਇੱਕ ਇੱਕ ਗੇਮ ਹੈ ਤੁਸੀਂ ਤੇਨਾਂ ਲਈ ਸੇਮ ਕੁਐਸਚਨ ਹੋਏਗਾ ਤੁਸੀਂ ਆਪਣਾ ਆਪਣਾ ਜਿਹੜਾ ਆਨਸਰ ਦੇਣਾ ਓਕੇ ਸਭ ਤੋਂ ਸਕੇਰੀਐਸਟ ਚੀਜ਼ ਤੁਸੀਂ ਅਜ ਤੱਕ ਟਰਾਈ ਕੀਤੀ ਹੋਵੇ ਸਰਗੁਣ ਮੇਰੇ ਉੱਤੇ ਕਾਕਰੋਚਸ ਪਾਏ ਸੀ ਉਹ ਟਾਸਕ ਤੇ ਪ੍ਰਵੀ ਦੇ ਸ਼ੋਰ ਚ ਤੇ ਡਰ ਲੱਗ ਰਿਹਾ ਦਿਨੁਰ ਚ ਨਹੀਂ ਨਹੀਂ ਦਿਨ ਡੱਬੇ ਸਾਊਥ ਅਫਰੀਕਨ ਕਾਕਰੋਚਸ ਇੰਨੇ ਵੱਡੇ ਵੱਡੇ ਚੂਹੇ ਦੇ ਮੇਰੇ ਉੱਤੇ ਪਤਾ ਨਹੀਂ ਕਿੰਨੇ ਅੰਡੇ ਦੇ ਕੇ ਚੱਲ ਗਏ ਹੋਰ ਮੈਨੂੰ ਡਰ ਨਹੀਂ ਲੱਗੂ ਕੀ ਲੱਗੂ ਪਤਾ ਨਹੀਂ 5 ਮਿੰਟ ਅੰਦਰ ਬੈਠੀ ਸੀ ਡੱਬੇ ਦੇ ਮੈਂ ਮੈਨੂੰ ਬਹੁਤ ਟਰੇਟਿੰਗ ਲੱਗ ਰਹੀ ਹੈ ਹਾਂ ਕਿਸੇ ਨੂੰ ਸੋਹਣੀ ਵੀ ਲੱਗਦੀ ਕਿਰਲੀ ਬਹੁਤ ਭੜੀ ਲੱਗਦੀ ਮੈਨੂੰ ਥੋੜੀ ਕੰਤੀ ਲੱਗਦੀ ਨਸਲ ਉਹਦੀ ਕਿਉਂ ਕਿ ਕੀ ਰੋਡ ਜਿਹੜਾ ਬਣਾਉਣਾ ਬਣਾਉਣ ਪੂਛ ਐਂ ਦੀ ਬਾਤ ਜਬੜੀ ਭੜੀ ਲੱਗਦੀ ਹੈ ਨਾ ਟੁੱਟ ਕੇ ਨਾਲ ਵਾਂ ਢਿੱਲੀ ਜਾਊ ਨਵੀਂ ਵੀ ਆ ਜਾਂਦੀ ਕਿਆ ਆਈਟਮਾ ਕਿਰਲੀ ਦੇਖੀ ਤੈਨੂੰ ਬੋਜਰ ਸਕੇਰੀਸ ਚੀਜ਼ ਨੂੰ ਦੱਸ ਤਾਂ ਤੈਨੂੰ ਕੀ ਆ ਚ ਮੈਂ ਵੇਹ ਰਚਣਾ ਵੀ ਕਿਰਲੀ ਬੜੀਆਂ ਬੇੜਾ ਤੇ ਵੇਹੇ ਗੱਲ ਸਕੇਰੀਸ ਕੀ ਕੀਤਾ ਸੀ ਆਈ ਐਡਵੈਂਚਰਸ ਹੀ ਹੁੰਦੇ ਆ ਮੇਰੇ ਲਈ ਤਾਂ ਇੱਕ ਧੀਰੀ ਗਿਆ ਮੈਂ ਹੁਣ ਮੈਂ ਜਾਂਦਾ ਨਹੀਂਗਾ ਮੈਨੂੰ ਕੋਈ ਪੁੱਛੇ ਵੀ ਨਾ ਜਿਵੇਂ ਆ ਐਡਵੈਂਚਰਸ ਪਾਰਕ ਪੂਕਝ ਹੁੰਦੇ ਆ ਉਹ ਜਿਹੜਾ ਐ ਗੋਲ-ਗੋਲ ਜਿਹਾ ਘੁੰਮਦਾ ਜਿਹੜਾ ਮੇਰੇ ਲਈ ਸਕੇਰੀਅਸ ਸੀਗਾ ਇੱਕ ਤੇ ਐ ਆ ਜਾਂਦਾ ਇੱਕ ਗੋਲ ਦੇ ਚ ਪਾ ਕੇ ਘਮਾਉਂਦੇ ਆ ਕਰੇ ਤਾਂ ਆ ਕਰੇ ਤਾਂ ਕਰੇ ਥੱਲੇ ਓਏ ਹੋ ਤੇ ਉਹ ਗੇਂ ਐਂ ਵੀ ਹਿੱਲਦਾ ਉਹ ਉਰੇ ਰੱਬ ਦਾ ਨਾਮ ਕੰਨ ਨੂੰ ਹੱਥ ਲਾਏ ਈ ਨੀ ਹੋਟੀਆਂ ਕਰੀਆਂ ਬਾਹਰ ਆ ਕੇ ਮੈਂ ਬੁਰੇ ਯਾਰ ਸਾਰਾ ਕੁਝ ਖਰਦ ਹੁੰਦਾ ਬੜਾ ਬੁਰਾ ਕਰ ਲਓ ਅੱਛਾ ਨਿਮਰਤ ਤੁਸੀਂ ਦੱਸੋ ਤੁਸੀਂ ਅਜ ਤੱਕ ਕੋਈ ਸਕੈਰੀਅਸ ਚੀਜ਼ ਕੀਤੀ ਹੋਵੇ ਟਰਾਈ ਕੀਤੀ ਹੋਵੇ ਮੈਂ ਵੀ ਉਹੀ ਰਾਈਡ ਜੀ ਲਈ ਸੀਗੀ ਆਸਟ੍ਰੇਲੀਆ ਇੱਕ ਪਤਾ ਨਹੀਂ ਨਾਮ ਨਹੀਂ ਯਾਦ ਓਕੇ ਕਾਫੀ ਹਾਈਟ ਤੇ ਆ ਬਸ ਓਕੇ ਤੇ ਡਰੇ ਹੋ ਜੇ ਪੂਰੇ ਨਹੀਂ ਨਵ ਨਹੀਂ ਡਰੀ ਜਾਂਦੇ ਬਟ ਸਕੈਰੀਅਸ ਟਾਈ ਲੱਗ ਰਿਹਾ ਮੈਨੂੰ ਨਹੀਂ ਲੱਗ ਰਿਹਾ ਲੱਗ ਰਿਹਾ ਹੁਣ ਤੱਕ ਇਸ ਤੋਂ ਲਾਗੋ ਸ਼ਾਇਦ ਨਹੀਂ ਓਕੇ ਬਚਪਨ ਦਾ ਸਭ ਤੋਂ ਪਹਿਲਾ ਸੈਲੀਬ੍ਰਿਟੀ ਕ੍ਰਸ਼ ਐਵੇਂ ਤੁਸੀਂ ਸਟਾਰਟ ਕਰੋ ਤੁਹਾਡਾ ਕੌਣ ਰਿਹਾ ਪ੍ਰੀਟੀ ਕ੍ਰਸ਼ ਪੰਜਾਬ ਦੇ ਵਿੱਚ ਮੋਸਟਲੀ ਪ੍ਰੀਤਸਾ ਪ੍ਰੂਜਨ ਦੇ ਜਦੋਂ ਵੀਸੀਆਰ ਵਾਲੀਆਂ ਫਿਲਮਾਂ ਸ਼ੁਰੂ ਹੋਈਆਂ ਸੀ ਜਦੋਂ ਬਿਲਕੁਲ ਹੀ ਛੋਟੇ ਹੁੰਦੇ ਸੀ ਜਿ ਕ੍ਰਸ਼ ਤਾਂ ਕੀ ਕਹ ਲਓ ਵੀ ਉਹ ਵਧੀਆ ਲੱਗਦੇ ਹੁੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਕਿਉਂਕਿ ਉਹ ਉਹੀ ਫਿਲਮਾਂ ਵੇਖੀਆਂ ਤੇ ਬਾਕੀ ਜਦੋਂ ਦੀਆਂ ਬਾਲੀਵੁੱਡ ਦੀਆਂ ਦੇਖਣ ਲੱਗੇ ਆ ਤੇ ਉਸ ਤੋਂ ਬਾਅਦ ਤਾਂ ਹੀ ਆ ਗਿਆ ਸੀ 2000 ਤੋਂ ਬਾਅਦ ਦੇ ਸਿਨੇਮਾ ਦੇਖਿਆ ਪਰ ਮੋਸਟਲੀ ਪਰ ਉਹ ਪੰਜਾਬੀ ਆਪਾਂ ਪੁਰਾਣੀ ਦੇਖ ਦੁੰਦੀ ਵੀ ਸੀਰ ਵਾਲੀਆਂ ਤੇ ਉਹ ਬ੍ਰੇਕਸ ਵੀ ਲਗਾ ਲੋ ਹਾਂ ਸਗਨ ਤੁਹਾਡਾ ਮੈਂ ਤਾਂ ਬਚਪਨ ਦੇ ਲੈ ਕੇ ਅੱਜ ਤੱਕ ਇੱਕੋ ਹੀ ਆ ਸ਼ਾਹਰੂਖ ਖਾਨ ਅੱਛਾ ਇਹ ਡੇਰ ਹੋ ਸਕਦਾ ਸੀ ਸ਼ਾਹਰੂਖ ਖਾਨ ਦਾ ਉਹ ਜਿਹੜਾ ਐਕਟਿੰਗ ਕਰਕੇ ਕਰ ਲੈਣੀ ਸੀ ਨਹੀਂ ਕਦੇ ਕਾਪੀ ਨਾ ਕਰ ਹਮ ਉਹ ਮੈਨੂੰ origignal ਵਧੀਆ ਲੱਗਦਾ ਮੈਨੂੰ ਕਿੰਨਾ ਪੈੜਾ ਲੱਗਦਾ ਜਦੋਂ ਕੋਈ ਉਹਨੂੰ ਕਾਪੀ ਕਰਦਾ ਤਾਂ ਉਹ origignal ਉਹਨਾਂ ਦਾ ਸਹੀ ਹੈ ਹਨਾ ਹਾਂ ਪਰ ਕੀ ਬਾਤ ਬੰਦਾ ਯਾਰ ਬ੍ਰਿਲੀਅੰਟ ਇਨਸਾਨ ਨਿਮਰਤ ਤੁਹਾਡੇ ਕੌਣ ਰਹੇ ਸੈਲੀਬ੍ਰਿਟੀ ਕ੍ਰਸ਼ ਟੀਨੇਜ ਵਿੱਚ ਜਾਂ ਬਚਪਨ ਚ ਸ਼ਾਹਰੁਖ ਖਾਨ ਅੱਛਾ ਅਸੀਮ ਜੇਮ ਦਾ ਕਿਹਨਾਂ ਸੌਂਗ ਕਰਨਾ ਰੀਅਲ ਲਾਈਫ ਚ ਵੀ ਸੌਂਗ ਕਰਾਂ ਓਕੇ ਜਦੋਂ ਫਰਸਟ ਟਾਈਮ ਖੁਦ ਨੂੰ ਟੀਵੀ ਤੇ ਦੇਖਿਆ ਸੀ ਤੁਹਾਡੇ ਤੋਂ ਸਟਾਰਟ ਕਰਦੇ ਨਿਮਰਤ ਸੋ ਕੀ ਮਤਲਬ ਲੱਗਿਆ ਸੀਗਾ ਕੀ ਫਰਸਟ ਰਿਐਕਸ਼ਨ ਸੀ ਖੁਦ ਨੂੰ ਟੀਵੀ ਤੇ ਦੇਖਣਾ ਬਹੁਤ ਖੁਸ਼ੀ ਹੋਈ ਸੀ ਤੁਹਾਡਾ ਤਾਂ ਉਹ ਸੀ ਨਾ ਕੰਪੀਟੀਸ਼ਨ ਸੀ ਕੰਪੀਟੀਸ਼ਨ ਦੇ ਹਾਂ ਕੰਪੀਟੀਸ਼ਨ ਤੇ ਵੇਖਿਆ ਹਾਂ ਉਹ ਤਾਂ ਬਹੁਤ ਚਾਹ ਹੁੰਦਾ ਸੀ ਤੁਸੀਂ ਜਦੋਂ ਤੁਸੀਂ ਖੁਦ ਨੂੰ ਦੇਖਿਆ ਤੇ ਮੈਂ ਗਾਣਾ ਵੇਖਿਆ ਸੀਗਾ ਸਿੱਧਾ ਪਹਿਲਾਂ ਉਹ ਚੰਡੀਗੜ੍ਹ ਦੇ ਕੁੜੀਆਂ ਨਾਲ ਆਇਆ ਸੀਗਾ ਹਨਾ ਬੇਬੀ ਪੀਟੀਸੀ ਤੇ ਆਇਆ ਸੀ ਸ਼ਾਇਦ ਉਹ ਤੋਂ ਜਾਂ ਐਮਐਚ1 ਤੇ ਕਿਸੇ ਚੈਨਲ ਤੇ ਆਇਆ ਸੀ ਕੋਈ ਗੱਲ ਹੋ ਰਹੀ ਤੇ ਉਦੋਂ ਆਡੀਟ ਆ ਸੀ ਉਦੋਂ ਮੇਰੇ ਨਾਲ ਜਿਆਦਾ ਮੇਰੀ ਮਾਂ ਨੂੰ ਸੀ ਟੀਵੀ ਅੱਗੇ ਬੈਠੀ ਕਦੋਂ ਆਣਾ ਇਹ ਕੋਈ ਹੁੰਦਾ ਨਹੀਂਗਾ ਆਪਾਂ ਨੂੰ ਕਹਿੰਦੇ ਨੇ ਅੱਜ ਆਉ ਕੱਲ ਆਉ ਅੱਜ ਪਿੰਡ ਵਾਲਿਆਂ ਨੂੰ ਹੁੰਦਾ ਵੀ ਜਿੱਦਣ ਗਾਣਾ ਸ਼ੂਟ ਹੋ ਗਿਆ ਉਸ ਦਿਨ ਬਣੇਗਾ ਕਿਤੇ ਕੱਲ ਹੀ ਦੇ ਦੇਣਗੇ ਉਹ ਐਡਿਟ ਹੋਣਾ ਉਹ ਦੋ ਮਹੀਨੇ ਲੱਗ ਗਏ ਉਹਨੂੰ ਰੋਜ਼ ਵੇਖਣ ਕਿਦਾਂ ਆਉਣਾ ਉਹ ਮਾਂ ਕਹਿੰਦੀ ਮੈਨੂੰ ਵੀ ਨਹੀਂ ਪਤਾ ਕਦੋਂ ਆਉਣਾ ਬੇਬੇ ਉਹ ਇੱਕ ਲਾਇਆ ਦੋ ਮਹੀਨੇ ਤਿੰਨ ਬਾਅਦ ਤੇ ਉਹਦੇ ਵੇਖਿਆ ਤੇ ਜਦੋਂ ਦੇਖਿਆ ਉਹਨਾਂ ਨੇ ਫਿਰ ਦੱਸਿਆ ਹੁਣ ਗੋਡੀਆਂ ਸੌਰੀ ਐਕਸਾਈਟਿਡ ਸੀ ਕਿ ਇਹ ਉਹ ਤੋਂ ਪਤਾ ਲੱਗ ਗਿਆ ਸੀ ਆਲਮੋਸਟ ਕਿਉਂਕਿ ਉਹ ਤੋਂ ਪਹਿਲਾਂ YouTube ਤੇ ਆ ਗਿਆ ਸੀ ਗਾਣਾ ਉਹ ਤੁਰ ਫਿਰ ਲਿਆਈ ਪਹਿਲੇ ਹੀ ਗਾਣਾ ਮਾੜਾ ਮੋਟਾ ਵਾਲੇ ਦੋਲੇ ਸਰਗੁਜ ਜਦੋਂ ਤੁਸੀਂ ਫਸਟ ਟਾਈਮ ਖੁਦ ਨੂੰ ਦੇਖਿਆ ਸੀ ਸਕਰੀਨ ਤੇ ਸੋ ਕੀ ਰਿਐਕਸ਼ਨ ਵਾਹ ਲੱਗ ਗਈ ਹੋਣੀ 25 30 ਸਾਲ ਪਹਿਲਾਂ ਟੀਵੀ ਤੇ ਆਈ ਸੀ ਮੈਨੂੰ ਸੀ ਕਿ ਮੇਰਾ ਮੂੰਹ ਇੰਨਾ ਮੋਟਾ ਕਿਉਂ ਲੱਗ ਰਿਹਾ ਹੈ ਹਾਂ ਹਾਂ ਸੌ ਮੈਨੂੰ ਮੋਟਾ ਲੱਗਦਾ ਸੀ ਨਾ ਉਹ ਮੇਰਾ ਇੰਨਾ ਕੰਟੂਰ ਕਰਦੇ ਸੀ ਇੰਨਾ ਕੰਟੂਰ ਕਰਦੇ ਸੀ ਮੈਨੂੰ ਲੱਗਦਾ ਸਟਿਕ ਇੱਕ ਹਫ਼ਤੇ 'ਚ ਖਤਮ ਕਰ ਦ ਉਈ ਮੇਰਾ ਮੂੰਹ ਬਹੁਤ ਮोटा ਲੱਗਦਾ ਸੀ ਬੇਬੀ ਫੈਟੀ ਬਹੁਤ ਸੀ ਮੇਰੇ ਮੂੰਹ ਤੇ ਹਜੇ ਵੀ ਆ ਨਹੀਂ ਲੱਗਦੀ ਸੀ ਪਰ ਅਦੋਂ ਵੀ ਸਹੀ ਲੱਗ ਮੈਂ ਦੇਖਿਆ ਤੁਹਾਡੇ ਸ਼ੂਟ ਮੈਂ ਤੁਹਾਨੂੰ ਪਹਿਲਾ ਸ਼ਾਟ ਦਿਖਾਦਾ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖੀ ਮੈਂ ਮਤਲਬ ਮੈਂ ਸ਼ੀਸ਼ੇ 'ਚ ਪੂਰੀ ਨਹੀਂ ਆਉਂਦੀ ਫੇਸ ਕਾਫੀ ਵੱਡਾ ਉਹ ਹੁਣ ਤੋਂ ਮੇਰਾ ਮਤਲਬ ਆਪਣਾ ਫੇਸ ਵੀ ਐਸੇ ਪ੍ਰਾਊਡ ਫੀਲ ਨਹੀਂ ਹੋਇਆ ਪਰ ਟੀਵੀ ਤੇ ਆ ਗਈ ਹਏ ਮਰਦਾ ਸੀ ਬਟ ਮੈਨੂੰ ਆਏ ਲੱਗਿਆ ਸੀ ਕਿ ਜਦੋਂ ਮੈਂ ਆਪਣੇ ਆਪ ਨੂੰ ਦੇਖੂੰਗੀ ਮੈਂ ਆਏ ਓ ਮਾਈ ਗੋਡ ਮੈਂ ਕਿੰਨੀ ਸੋਹਣੀ ਲੱਗ ਰਹੀ ਹੋਊਂਗੀ ਉਹ ਮੈਂ ਤਾਂ ਆਪਣੇ ਉੱਤੇ ਮਾਰੀ ਜਾਊਂਗੀ ਮੂੰਹ ਦੇਖਿਆ ਤਾਂ ਮੋਟੀ ਲ एजीसी शुड बी नेगेटिव पर वाइफ पूरी पॉजिटिव ਹੁੰਦੀ ਆ ਅੱਛਾ ਕੋਈ ਟੀਨੇਜ ਵਿੱਚ ਰਿਬੈਲਿਅਸ ਚੀਜ਼ ਕੋਈ ਕੀਤੀ ਹੋਵੇ ਘਰ ਦੇ ਮਨਾ ਕਰਦੇ ਪਰ ਨਹੀਂ ਐਮੀ ਹੋਣਾ ਤਾਂ ਕਰ ਨਹੀਂ ਕਰਨੀ ਉਹ ਚੀਜ਼ ਕਦੀ ਇਦਾਂ ਦਾ ਨੇਚਰ ਜਾਂ ਬਿਹੇਵੀਅਰ ਹੋਵੇ ਤੇ ਕਿਹੜੀ ਚੀਜ਼ ਕੀਤੀ ਹੋਵੇ ਉਹ ਘਰ ਜਦੋਂ ਵੱਧ ਕੇ ਘਰ ਦੇ ਬਸ ਆ ਹੀ ਕਈ ਵਾਰੀ ਹੁੰਦਾ ਸੀਗਾ ਵੀ ਵੇੜੇ ਨਾਲ ਘਰ ਆ ਜਾਓ ਪਰ ਜੇ ਖੇਡਣ ਫੁਟਕਣ ਗਏ ਆ ਟੂਰਨਾਮੈਂਟ ਵੀ ਉੱਥੇ ਉਹ ਟੂਰਨਾਮੈਂਟ ਚੱਲ ਪਿਆ ਫਿਰ ਉਹਨਾਂ ਦਾ ਕੁਝ ਘੰਟੇ ਦਾ ਗਏ ਕੇ ਗਏ ਆ ਵੀ ਉੱਥੇ ਜਿੱਤਣ ਲੱਗ ਗਏ ਜਾਂ ਕੁਝ ਹੋ ਗਿਆ ਫਿਰ ਰਾਤ ਦੇ 10 11 ਵਜ ਗਏ ਫਿਰ ਉਹ ਹੁਣ ਫਿਰ ਹੁਣ ਛੱਡੀ ਟੀਮ ਨੂੰ ਛੱਡ ਕੇ ਕਿਵੇਂ ਆ ਜੀ ਫਿਰ ਹੁਣ ਕਰਨੇ ਹੀ ਪਊਗਾ ਭਾਈ ਹੁਣ ਭਾਵੇਂ ਗਾਲਾਂ ਪੈ ਜਾਣ ਹੁਣ ਗਏ ਹੁੰਦੇ ਸੀ 20 20 ਕਿਲੋਮੀਟਰ 30 30 ਕਿਲੋਮੀਟਰ ਪਿੰਡੋਂ ਮੋਟਰਸਾਈਕਲਾਂ ਤੇ ਕਈ ਦੀ ਸਾਈਕਲਾਂ ਤੇ ਦਾਦਾ ਕਿਲੋਮੀਟਰ ਤੇ ਉਹ ਫਿਰ ਕੁਝ ਲੈਵਲ ਤੇ ਪਹੁੰਚਦੇ ਸੀ ਵਾਪਸ ਜਾਂਦਿਆਂ ਨੂੰ ਜੇ ਜਿੱਤ ਜਾਂਦੇ ਸੀਗੇ ਫਾਈਨਲ ਉਹਨਾਂ ਦਾ ਮਾੜਾ ਮੋਟਾ ਜਿਹਾ ਸੈਮਾ ਨਾਲ ਹਾਰ ਜਾਂਦੇ ਸੀ ਤੇ ਜਾਂਦਿਆਂ ਨੂੰ ਛੇਤਰਾਂ ਦਾ ਵੀ ਡਰ ਹੁੰਦਾ ਸੀ ਜਿੱਤ ਜਾਂਦੇ ਸੀ ਤੇ ਕਹਿੰਦੇ ਜਿਹਾਰਦਿਆਂ ਦੇ ਵੀ ਡਰ ਲੱਗਦਾ ਹੈ ਅੰਦਰ ਆਪਣੇ ਆਪ ਨੂੰ ਸਮਝਾ ਲੈਂਦੇ ਕੋਈ ਨਾ ਹੋਵੇ ਪਰ ਮੇਰੇ ਨਾਲ ਬਹੁਤ ਵਾਰੀ ਇਦਾਂ ਹੋਇਆ ਜਦੋਂ ਮੈਂ ਸੋਚਿਆ ਵੀ ਅੱਜ ਮੈਨੂੰ ਜਾ ਗਾਲਾਂ ਪੈਣਗੀਆਂ ਕਦੇ ਵੀ ਨਹੀਂ ਪਈਆਂ ਕਈ ਵਾਰੀ ਯੱਕ ਦਾ ਵੀ ਧਰ ਲੈਂਦੇ ਖੜ ਤੇ ਦੀ ਮੈ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਸਰਪ੍ਰਾਈਜ਼ ਮਿਲ ਜਾਂਦਾ ਹੈ ਕਈ ਵਾਰੀ ਸੋਚ ਕੇ ਜਾਂਦੇ ਸੀ ਵੀ ਅੱਜ ਨਹੀਂ ਬਚਦੇ ਅੱਜ ਪੈਣਗੀਆਂ ਉਦੋਂ ਕੱਖ ਵੀ ਨਹੀਂ ਜਾਂਦਾ ਉਦੋਂ ਬਚਾਅ ਹੋ ਜਾਂਦਾ ਸੀ ਇਹ ਮੋਸਟਲੀ ਹੁੰਦਾ ਹੈ ਕਈ ਚੀਜ਼ਾਂ ਨਾਲ ਨਾ ਕਈ ਵਾਰੀ ਲੱਗਦਾ ਫਿਲਮ ਨਹੀਂ ਵਰਕ ਕਰਨੀ ਉਹ ਮਾਰਦੀ ਚੱਕ ਕੇ ਕਿਤੇ ਉਹ ਸੋ ਇਹ ਹਪਨ ਹੁੰਦੇ ਰਹਿੰਦੇ ਹੁੰਦੇ ਰਹਿੰਦੇ ਨਿਮਰਤ ਤੁਸੀਂ ਕੋਈ ਦਮ ਇਹਨੂੰ ਲੱਗਦਾ ਨਹੀਂ ਵੈਸੇ ਨਿਮਰਤ ਇੰਨੀ ਸਵੀਟ ਸ਼ੈਤਾਨ ਵੀ ਸ਼ੈਤਾਨੀਆਂ ਕਰਦੇ ਸੀ ਤੁਸੀਂ ਥੋੜੀਆਂ ਬਹੁਤ ਥੋੜੀਆਂ ਬਹੁਤ ਕੋਈ ਦਈ ਚੀਜ਼ ਕੀ ਕਰਦੇ ਮਨਾ ਕਰਦੇ ਮੈਂ ਸ਼ਰਮਤਾਂ ਵੀ ਨਹੀਂ ਸਿਆਣੀਆਂ ਸੀ ਸੋ ਇਸ ਟਿਕਟਡ ਜਾਣ ਕਿ ਮੈਂ ਦਰਵਾਜ਼ਾ ਖਟਕੜਾ ਕੇ ਪਾਤੀ ਔਰ ਫਿਰ ਮੈਂ ਦਾਸਤਾ ਸੌਰੀ ਮੈਂ ਸੀ ਸਹੀ ਕੀਤਾ ਹੋਣਾ ਇਹਨੇ ਹਾਂ ਬਤ ਨਹੀਂ ਸੁਪਣਾ ਤਾਂ ਹੀ ਆ ਨਹੀਂ ਇੰਨੀ ਕੋਈ ਉਹ ਨਹੀਂ ਆ ਬਟ ਆ ਹੁੰਦਾ ਸੀ ਵੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਮੇਰੇ ਡੈਡ ਕਿਤੇ ਹੋਰ ਜੌਬ ਕਰਦੇ ਸੀ ਅਸੀਂ ਬਟਾਲਾ ਰਹਿੰਦੇ ਸੀ ਤਾਂ ਉਹ ਕਹਿੰਦੇ ਸੀ ਜੂਨ ਜੁਲਾਈ ਦੀਆਂ ਛੁੱਟੀਆਂ ਚ ਉੱਥੇ ਚੱਲੋ ਨਾਲ ਤੇ ਮੈਂ ਲੜਦੀ ਹੁੰਦੀ ਸੀ ਵੀ ਮੈਂ ਨਹੀਂ ਜਾਣਾ ਮੈਂ ਮਤਲਬ ਇੱਥੇ ਬਟਾਲੇ ਰਹਿਣਾ ਆਪਦੀ ਗਲੀ ਚ ਜਿੰਨੇ ਮੇਰੇ ਫਰੈਂਡਸ ਸੀ ਉਹਨਾਂ ਨਾਲ ਹੀ ਖੇਲਣਾ ਜਿੱਦ ਜਿੱਦ ਹੁੰਦੀ ਸੀ ਜਾਂਦੇ ਸੀ ਕਲਚਰਲ ਸੀ ਇਹਦੀ ਦੇਖ ਲਈ ਮੈਂ ਇੱਥੇ ਰਹਿਣਾ ਫਿਰ ਇਹ ਕੁਟਕੁਟ ਖਾ ਕੇ ਜਾਂਦੀ ਸੀ ਕਿ ਚਾਲ ਨਾ ਨਹੀਂ ਨਹੀਂ ਕੁੱਟਿਆ ਨਹੀਂ ਮੈਨੂੰ ਕਦੀ ਵੀ ਕਰਦਿਆਂ ਹਾਂ ਲੱਗਦਾ ਵੀ ਹੈ ਸਰਗੁਣ ਤੋੜ ਸੀ ਦਾ ਸੁਧਿਸ਼ਤ ਆ ਨੂੰ ਬਹੁਤ ਰਿਹਾ ਹੋਏ ਇੰਨਾ ਤਾਂ ਮੈਨੂੰ ਪਤਾ ਮੈਂ ਬਹੁਤ ਸ਼ਰਧਾਂਤ ਸੀ ਪਰ ਮੇਰੇ ਮੰਮੀ ਪਾਪਾ ਨੇ ਕਦੇ ਮੈਨੂੰ ਰੋਕਿਆ ਵੀ ਨਹੀਂ ਹਾਂ ਬਸ ਇਹ ਗੱਲ 'ਚ ਫੱਟਾ ਲਾ ਦਿੱਤਾ ਸੀ ਇੱਕ ਵਾਰੀ ਮੈਨੂੰ ਬਲਾਉ ਨਾ ਹਾਂ ਮਸੂਰ ਹੋਇਆ ਸੀ ਦਿਸ ਸੀ ਇਨ ਯਰ ਅੱਛਾ ਇਹ ਤਾਂ ਸੱਚੀ ਹੋਇਆ ਸੀ ਇਹਦਾ ਛੁੱਟੀ ਦਾ ਕਲਾ ਖਰਾਬ ਹੋ ਗਿਆ ਪਤਾ ਨਹੀਂ ਕੀ ਖਾਂਦੀ ਖੁੰਦੀ ਜਾਂ ਚੀਕਾ ਮਾਰਦੀ ਹੋਣੀ ਇਹਦਾ ਕਲਾ ਖਰਾਬ ਹੋ ਗਿਆ ਸੀ ਮੇਰਾ ਗਲਾ ਬਹਿ ਗਿਆ ਇਹਦਾ ਗਲਾ ਬਹਿ ਗਿਆ ਤੇ ਇਹਦੀ ਮੰਮੀ ਨੇ ਇਹਦੇ ਗਲ ਚ ਪੱਟਾ ਪਾ ਕੇ ਭੇਜਤਾ ਪਿੱਛੇ ਵੀ ਲੈ ਕੇ ਭੇਜਤਾ ਵੀ ਡੋਨਟ ਟਾਕ ਟੂ ਮੀ ਕੋਈ ਵੀ ਮੈਨੂੰ ਬੁਲਾਉ ਨਾ ਮੈਂ ਬੋਲ ਨਹੀਂ ਸਕਦੀ ਡਾਕਟਰ ਨੇ ਕਿਹਾ ਸੀ ਕਿ ਕਹਿੰਦੇ ਕਿ ਜੇ ਨੇ ਹੁਣ ਵੀ ਆ ਚੁੱਪ ਨਹੀਂ ਹੋਈ ਨਾ ਤਾਂ ਇਹਦੇ ਵੋਕਲ ਕੋਰਡਸ ਬਹੁਤ ਸੂਜ ਗਏ ਨੇ ਤਾਂ ਹੀ ਮੇਰੀ ਆਵਾਜ਼ ਇਹ ਹੋ ਗਈ ਆ ਵੋਕਲ ਕੋਰਡਸ ਸਵੈਲ ਹੋ ਗਏ ਸੀ ਤੇ ਰੌਲਾ ਪਾ ਪਾ ਕੇ ਹਾਂ ਨਿਮਰਤ ਕਰ ਸ਼ੁਕਰ ਨੇ ਮੈਂ ਸ਼ੁਰੂ ਤੋਂ ਇਦਾਂ ਬੋਲਦੀ ਆ ਇਮ ਡਾਕਟਰ ਨੇ ਕਿਹਾ ਕਿ ਐ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦੀ ਸਕੂਲ 'ਚ 2-4 ਦਿਨ ਉਹਨੂੰ ਠੀਕ ਹੋ ਜਾਂਦੋ ਵਰਨਾ ਆਪਰੇਸ਼ਨ ਕਰਨਾ ਪੈਣਾ ਸਾਨੂੰ ਤੇ ਰੌਲਾ ਕਿਉਂ ਪਾਉਂਦੇ ਸੀ ਹਾਂ ਜੀ ਦਿੱਲੀ ਤੇ ਗਈ ਤੇ ਨਹੀਂ ਬਟ ਇਹ ਤਾਂ ਤੁਸੀਂ ਫੋਨ ਵੀ ਕਰਦੇ ਸੀ ਨਾ ਮੈਨੂੰ ਬੁਲਾਓ ਨਾ ਮਤਲਬ ਉਹ ਲਿਖ ਕੇ ਮੰਮੀ ਨੇ ਕਿਹਾ ਕਿ ਤੂੰ ਸੁਣਨਾ ਤਾਂ ਹੈ ਤੂੰ ਨਹੀਂ ਮੰਨੀ ਸਾਡੀ ਗੱਲ ਤਾਂ ਉਹਨਾਂ ਨੇ ਉਹ ਪਾ ਕੇ ਭੇਜਤਾ ਸੀ ਮੈਂ ਬੱਸ ਜਾਂਦੀ ਘੱਟਦਾ ਸੀ ਬੱਸ ਤੇ ਪਾ ਕੇ ਫੇਰਦੀ ਸੀ ਤਾਂ ਹੀ ਮੇਰੀ ਆਵਾਜ਼ ਫਿਰ ਠੀਕ ਨਹੀਂ ਹੋਈ ਅੱਛਾ ਬਹੁਤ ਸਾਰੀ ਚੀਜ਼ਾਂ ਅਦਾ ਹੁੰਦੀਆਂ ਕਿ ਅਸੀਂ ਹਾਲੀ ਵਿੱਚ ਜਾਣਦੇ ਹੋ ਉਹਨਾਂ ਨੇ ਕੋਈ ਇਨਫੋਰਮੇਟਿਵ ਚੀਜ਼ ਸੋ ਕੋਈ ਇਨਫੋਰਮੇਟਿਵ ਚੀਜ਼ ਜੋ ਹਾਲੀ ਦੇ ਵਿੱਚ ਜਾਣੀ ਹੋਵੇ ਤੁਹਾਨੂੰ ਨਹੀਂ ਪਹਿਲੇ ਪਤਾ ਹੋਵੇ ਕੁਝ ਨੌਲੇਜ ਵਾਲੀ ਕਿੰਨੀਆਂ ਸਾਰੀਆਂ ਚੀਜ਼ਾਂ ਯਾਰ ਮੈਂ ਜਾਣ ਰਹੀ ਆ ਨਾ ਦੋਨਾਂ ਤੋਂ ਜਦੋਂ ਫਿਲਮਾਂ ਦੀਆਂ ਗੱਲਾਂ ਕਰਦੇ ਆ ਨਾ ਪਹਿਲਾਂ ਪੋਸਟ ਪ੍ਰੋਡਕਸ਼ਨ ਤੋਂ ਬਾਅਦ ਆ ਕਰਾਇਆ ਉਹ ਕਰਾਇਆ ਜਿਵੇਂ ਸਰਗੁੰਦ ਨਾਲ ਜਾਨੀ ਥੋੜਾ ਥੋੜਾ ਪਤਾ ਲੱਗ ਰਿਹਾ ਮੈਨੂੰ ਤਾਂ ਫਿਲਮ ਮਤਲਬ ਪ੍ਰੋਡੂਸਰ ਕੰਮ ਕਰ ਲਈਏ ਸੋ ਜੋ ਜੋ ਚੀਜ਼ਾਂ ਹੁੰਦੀਆਂ ਉਹ ਇਹਨਾਂ ਨੂੰ ਨਵੀਆਂ ਪਤਾ ਲੱਗ ਰਹੀਆਂ ਨੇ ਫਿਲਮਾਂ ਦੀਆਂ ਪਤਾ ਲੱਗ ਹਾਂ ਬਿਲਕੁਲ ਤੁਹਾਡੇ ਲਈ ਨਵੀਂ ਚੀਜ਼ ਹੈ 올 ਰਾਈਟ ਮੇਰੇ ਲਈ ਤਾਂ ਆਪ ਲਈ ਨਵੀਂ ਚੀਜ਼ ਹੈ ਮੈਨੂੰ ਤਾਂ ਪਤਾ ਨਹੀਂ ਮੈਂ ਕਿੰਨੇ ਕੋ ਮੈਂ ਤਾਂ ਡਰ ਸੀ ਪਤਾ ਨਹੀਂ ਸੀਟ ਤੱਕ ਕਵਿੰਟਰੀ ਕਿੰਨੀ ਤੁਹਾਡੇ ਚੱਲ ਰਿਹਾ ਦੋਨੋਂ ਤੁਸੀਂ ਪਲੀਜ਼ ਐਵੇਂ ਨਾ ਬੋਲੋ ਨਹੀਂ ਫਿਲਮਾਂ ਦਾ ਨਾ ਬਹੁਤ ਅਲ ਹੁਣੇ ਔਨ 에ਅਰ ਜਾਂਦਾ ਹੈ ਨਾ ਉਹਦਾ ਬਹੁਤ ਡਿਫਰੈਂਟ ਸਿਸਟਮ ਹੈ ਉਹਦਾ ਬਹੁਤ ਡਿਫਰੈਂਟ ਸਿਸਟਮ ਹੈ ਬਟ ਉਹ ਖਾ ਕੰਮ ਹੈ ਬਹੁਤ ਮਨ ਲੱਗਦਾ ਐਮਐਸਏ ਤੁਸੀਂ ਦੱਸੋ ਮੈਨੂੰ ਤਾਂ ਕੱਲ ਪਰਸੋਂ ਹੀ ਕੁਝ ਪਤਾ ਲੱਗਿਆ ਮੈਨੂੰ ਨਵੀਆਂ ਚੀਜ਼ਾਂ ਮੇਰੇ ਪੈਸੇ ਜ ਹੁਣ ਯਾਦ ਆਉਂਦੇ ਆਂ ਟਵਿੱਟਰ ਦੀ ਮਤਲਬ ਨਿਊਜ਼ ਦੇ ਆ ਉਹ ਕਰਨ ਲੱਗੇ ਆ ਪੈਸੇ ਦੇ ਨੂੰ ਪਿਆ ਕਰਨੇ ਇਲਾਨ ਮਸਕ ਨੇ ਕਿਹਾ ਕਿ ਜੇ ਜਿਹੜੀ ਵੱਡੀ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨਸ ਲਾ ਲਓ ਮੇਬੀ ਗਵਰਨਮੈਂਟਸ ਲਾ ਲਓ ਜਾਂ ਮੇਬੀ ਜਿਹੜੇ ਯੂਜ਼ ਕਰਨਾ ਚਾਹਣਗੇ ਤਾਂ ਦੇ ਹੈਵ ਟੂ ਪੇ ਉਹਨਾਂ ਨੇ ਹਜੇ ਤੱਕ ਸੋਚਿਆ ਕਿ ਕਾਰਪੋਰੇਟ ਹਾਸਲ ਸੋਚ ਉਹਨਾਂ ਕਰ ਦੇਣਾ ਜਿੰਨਾਂ ਨੂੰ ਲਾਲਚੀ ਉਹਨਾਂ ਕਰ ਦੇਣਾ ਕਿ ਤਸ ਤੂੰ ਨਾ ਤੂੰ ਸੀ ਕਹਿ ਰਿਹਾ ਕਿ ਬਹੁਤ ساری ਚੀਜ਼ਾਂ ਆ ਰਹੀਆਂ ਦਿਮਗ ਦੇ ਵਿੱਚ ਬਟ ਇੱਕ ਚੀਜ਼ ਨਹੀਂ ਪਤਾ ਚੱਲ ਰਹੀ ਕਿ ਕਿ ਅੱਜ ਕੱਲ ਇਹ ਨਾ ਆ ਗਿਆ ਨਾ ਮੀਟਾਵਰਸ ਆ ਗਿਆ ਐਨ ਐਫ ਟੀਜ਼ ਆ ਗਏ ਬਿਟਕੁਆਇਨਜ਼ ਆ ਗਏ ਉਹਨ ਗੂਚੀ ਕਹਿੰਦਾ ਮੈਂ ਬਿਟਕੁਆਇਨ ਲੈ ਲੂੰਗਾ ਮੈਂ ਕਿਹਾ ਐਨੀ ਫਿਰ ਤਾਂ ਚੱਲ ਤੂੰ ਤਾਂ ਬਿਟਕੁਆਇਨ ਲੈ ਲਾ ਤੇ ਤੇਰੇ ਸਾਰੇ ਉੱਧਰ ਹੀ ਜਾਣਗੇ ਅੰ ਦਬਈ ਹੁਣ ਬਹੁਤ ਮਤਲਬ ਗੇਮ ਪਈ ਹੋਇਆ ਤੇ ਭਈ ਲੈ ਰਹੇ ਨਾ ਵਟਕਵਨ ਦੇ ਵਿੱਚ ਪੇਮੈਂਟ ਹਾਂ ਉੱਚ ਵੀ ਮੇ ਵੀ ਲੈ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਗੋਲਦੇ ਹੋ ਤੁਹਾਨੂੰ ਲੱਗਦਾ ਉਹ ਤੁਸੀਂ ਕਿਹੜੇ ਦੁਨੀਆ 'ਚ ਰਹਿੰਦੇ ਹੋ ਹੈਨਾ ਤੁਸੀਂ ਤਾਂ ਮਤਲਬ ਲਿਟਰਲੀ ਕੋਸ਼ਿਸ਼ ਵੀ ਨਹੀਂ ਕੁਝ ਨਹੀਂ ਪਤਾ ਸਾਨੂੰ ਇਦਾਂ ਲੱਗਦਾ ਓਕੇ ਸੋ ਤਿੰਨ ਸਵਾਲ ਰਹਿ ਗਏ ਆਖਰੀ ਦੇ ਵਿੱਚ ਆਪਾਂ ਫਟਾਫਟ ਉਹਦਾ ਹੈਨਾ ਰਿਪਲਾਈ ਜਿਹੜਾ ਲਵਾਂਗੇ ਤੁਹਾਡੇ ਤੋਂ ਸੋ ਕੋਈ ਇਦਾਂ ਦੀ ਕਾਰ ਦੇ ਕੰਮ ਦੇ ਵਿੱਚ ਚੀਜ਼ ਜੋ ਆਜੇ ਤੱਕ ਤੁਸੀਂ ਕਰਨ ਦੇ ਵਿੱਚ ਬਿਲਕੁਲ ਪਰਫੈਕਟ ਨਹੀਂ ਹੋਏ ਕੋਈ ਕਾਰ ਦਾ ਕੰਮ ਕਿਸੇ ਚ ਵੀ ਨਹੀਂ ਪਰਫੈਕਟ ਅੱਛਾ ਮੈਨੂੰ ਲੱਗੇ ਸਾਰੇ ਕੰਮ ਮੈਂ ਕਰ ਲਵਾਂਗੀ ਅੱਛਾ ਕਿਸੇ ਦੇ ਵੀ ਨਹੀਂ ਐਵੇਂ ਤੁਸੀਂ ਤੁਸੀਂ ਕਰਦੇ ਹੋ ਕੰਮ ਜਦੋਂ ਫ੍ਰੀ ਹੁੰਦੇ ਹੋ ਕਿਤੇ ਹੋਵੇ ਸ케ਜੂਲ ਫ੍ਰੀ ਹੈ ਤੇ ਫਿਰ ਤੁਸੀਂ ਘਰ ਦਾ ਕੰਮ ਕਰਨ ਦੇ ਵਿੱਚ ਕੰਮ ਹੈਲਪ ਕਰ ਦੇਣਾ ਸਰਟਨ ਲੈਵਲ ਤੋਂ ਤਾਂ ਕੁਝ ਵੀ ਆਪ ਨੂੰ ਪਰਫੈਕਟ ਨਹੀਂ ਆਉਂਦਾ ਕਿਸੇ ਵੀ ਚੀਜ਼ ਚ ਹੈਲਪ ਕਰਨੀ ਤਾਂ ਕਰ ਦੇਣਾ ਛੋਟਾ ਮੋਟਾ ਜੋ ਵੀ ਹੋਵੇ ਮਾੜਾ ਮੋਟਾ ਕੋਈ ਚੀਜ਼ ਉੱਥੋਂ ਚੁੱਕ ਕੇ ਉੱਥੇ ਰੱਖਣੀ ਚਾਦਰਾਂ ਵਿਛਾਉਣੀਆਂ ਮਾੜਾ ਮੋਟਾ ਜਾ ਹੀ ਹੁੰਦਾ ਜੀ ਬਹੁਤ ਬਹੁਤ ਤੁਸੀਂ ਕਰਦੇ ਹੋ ਜਿਹੜਾ ਸਾਨੂੰ ਦਿੱਤਾ ਜਾਂਦਾ ਕਰਨ ਨੂੰ ਅਦਰਵਾਈਜ਼ ਆਪ ਕਦੇ ਹੰਬਲਾ ਮਾਰ ਕੇ ਕੁਝ ਨਹੀਂ ਪੁੱਛਿਆ ਪਿਆ ਕਰਦਾ ਉਹ ਮੋਟਣਾ ਵੀ ਨਹੀਂ ਮਸਾ ਇੱਕ ਮਸਾ ਤੇ ਕਦੇ ਦਿਨ ਮਿਲਦਾ ਇੱਕਾ ਕਰ ਰਹੇ ਇਹਨੂੰ ਹਾਂ ਰਾਨਾ ਤੇ ਉਹ ਮਾਲਕ ਦੀ ਮਿਹਰ ਹੈ ਜੀ ਆਲਰੇਡੀ ਕੰਮ ਕਰੀ ਜਾਂਦੀ ਜਨਤਾ ਲੱਗੀ ਵਿਚਾਰੀ ਜਿਹਨਾਂ ਨੂੰ ਕੰਮ ਮਿਲਿਆ ਸਰਗੁਨ ਤੁਸੀਂ ਮੈਂ ਤਾਂ ਘਰ ਦਾ ਕੋਈ ਕੰਮ ਨਹੀਂ ਕਰਦੀ ਕਰ ਲਿਆ ਕਰ ਕੋਈ ਹੱਥ ਟੁੱਟੇ ਹਾਂ ਪੂਰਾ ਦਿਨ ਤਾਂ ਹੀ ਨਿਕਲ ਜਾਂਦਾ ਵਾ ਸੌਂ ਲੱਗੇ ਛੂੜ ਬਹੁਤ ਈਜ਼ੀ ਲੱਗਦਾ ਹੋਊਗਾ ਮੈਂ ਵੀ ਕਾਫੀ ਜਣਿਆਂ ਨੂੰ ਸਾਡੀ ਲਾਈਨ ਦਿਆਂ ਨੂੰ ਵੀ ਫਿਲਮ ਦਾ ਸ਼ੂਟ ਨਾ ਬਹੁਤ ਹੈਕਟਿਕ ਹੁੰਦਾ ਇਹ ਗੱਲ ਹੈ ਸਵੇਰੇ ਆਪਾਂ ਜਾਂਦੇ ਆ ਭਾਵੇਂ ਸਾਰਾ ਦਿਨ ਵੈਨਿਟੀ ਚ ਵੀ ਬਹਿ ਕੇ ਕੱਢ ਲੋ ਇੱਕ ਸੀਨ ਵੀ ਕਰੋ ਬਟ ਉਹਦਾ ਇੱਕ ਮੈਂਟਲੀ ਪ੍ਰੈਸ਼ਰ ਦਿਮਾਗੀ ਤੁਸੀਂ ਬਹੁਤ ਥੱਕ ਜਾਂਦੇ ਹੋ ਇੱਕ ਸੀਨ ਤੁਸੀਂ ਅੱਜ ਸਵੇਰੇ ਗਏ ਹੋ ਤੁਹਾਨੂੰ ਪਤਾ ਹੀ ਵੀ ਅੱਜ ਤਿੰਨ ਸੀਨ ਕਰਨੇ ਆ ਸ਼ਾਮ ਤੱਕ ਉਹ ਫਿਜ਼ੀਕਲ ਵਰਕ ਨਾ ਵੀ ਹੋ ਬਜਾਦਾ ਹੋਰ ਜ ਖੜ ਕੇ ਡਾਇਲੋਗ ਹੀ ਬੋਲਣੇ ਨੇ ਰਾਈਟ ਅਵੇ ਫਿਰ ਵੈਨਿਟੀ ਚ ਵੜ ਜਾਣਾ ਪਰ ਉਹਦਾ ਜਿਹੜਾ ਪ੍ਰੈਸ਼ਰ ਹੈ ਨਾ ਮੈਨੂੰ ਕਹਿੰਦਾ ਵੀ ਇਹ ਸਭ ਤੋਂ ਔਖਾ ਕੰਮ ਹੈ ਔਖਾ ਕੰਮ ਇਤੋਂ ਵੱਡੇ ਔਖੇ ਕੰਮ ਪਏ ਹੋਰ ਮਿਹਨਤ ਮਤਲ ਕਿ ਬਹੁਤ ਵੱਡੀ ਗੇਮ ਨਹੀਂ ਹੈਗੀ ਬਟ ਸੌਖਾ ਵੀ ਨਹੀਂਗਾ ਬਹੁਤ ਜ਼ਿਆਦਾ ਹੈ ਨਾ ਇਹ ਪ੍ਰੈਸ਼ਰ ਬਹੁਤ ਹੁੰਦਾ ਇਸ ਚੀਜ਼ ਦਾ ਥੱਕ ਜਾਂਦਾ ਬੰਦਾ ਸ਼ਾਮ ਤੱਕ ਆਉਂਦਾ ਹੁੰਦਾ ਦੈਨ ਉਸ ਤੋਂ ਬਾਅਦ ਜੇ ਤੁਹਾਡੀ 8-10 ਘੰਟੇ ਦੀ ਸ਼ਿਫਟ ਹੈਗੀ ਹੈ ਉਸ ਤੋਂ ਬਾਅਦ ਤੁਹਾਡਾ 1 ਘੰਟਾ ਆਉਣਾ ਜਣਾ ਟ੍ਰੈਵਲ ਟ੍ਰੂਬਲ ਵੀ ਲੱਗ ਗਿਆ ਤੇ ਉਸ ਤੋਂ ਬਾਅਦ ਤੁਸੀਂ ਜਿਮ ਜਾਣਾ ਉਹ ਜਿਵੇਂ ਸਰਗੁਣਾ ਸਵੇਰੇ ਚਲੇ ਜਾਂਦੀ ਹੈ ਇਹਨੂੰ ਸਵੇਰੇ ਠੀਕ ਲੱਗਦਾ ਪਰ ਮੈਨੂੰ ਸਵੇਰੇ ਅਲੀ ਜ਼ਿਆਦਾ ਨਹੀਂ ਉੱਠਿਆ ਜਾਂਦਾ ਤੇ ਮੈਂ ਸ਼ਾਮ ਨੂੰ ਜਾਣਾ ਹੁਣ ਉਹ ਵੀ ਡੇਢ-ਦੋ ਘੰਟੇ ਹੋ ਗਏ ਤੁਹਾਨੂੰ ਜਦੋਂ ਸਵੇਰੇ ਤੁਸੀਂ ਜਦ 8 ਵਜੇ ਉੱਠੇ ਹੋ 9 ਵਜੇ ਬੈਠੇ ਹੋ ਸ਼ਾਮੀ ਜੇ 7 8 9 ਵਜੇ ਘਰ ਜਾਓਗੇ ਤੇ ਵਾਪਸ ਜਾ ਕੇ 12 ਘੰਟੇ ਕੰਮ ਕਰਕੇ ਜਿਮ ਨਹੀਂ ਲੱਗਦੀ ਵਿਦਆਉਟ ਪ੍ਰੀ ਵਰਕਆਊਟ ਪ੍ਰੀ ਵਰਕਆਊਟ ਪੀ ਕੇ ਜਿਮ ਲਾਓਗੇ 10 11 ਵਜੇ ਤੁਸੀਂ 3 ਵਜੇ ਸੋਵੋਗੇ ਤੜਕੇ 8 9 ਫਿਰ ਉੱਠਣਾ ਉਹੀ 4 5 6 ਘੰਟੇ ਨੀਂਦ ਲੈਣੀ ਹੈ ਮੈਕਸਿਮਮ ਸੋ ਉਹ ਆਫਿਸ ਆਵਰਸ ਦੇ ਵਿੱਚ ਨਹੀਂ ਹੈਗਾ ਜਿਮ ਦਾ ਟਾਈਮ ਉਹ ਕੱਢਣਾ ਪੈਣਾ ਤੁਹਾਨੂੰ ਆਪਣੀ ਨੀਂਦ ਚੋਂ ਰਾਈਟ ਚਲੋ ਉਹ ਲੋਡ ਵੀ ਹੈ ਇਦਾਂ ਨਹੀਂ ਵੀ ਲੋਡ ਨਹੀਂ ਹੈਗਾ ਬਟ ਓਕੀ ਚੀਜ਼ ਹੈ ਨਾ ਓਕੀ ਚੀਜ਼ ਬਾਕੀ ਮੰਨ ਥਾਕੇ ਹਰ ਕੰਮ ਹੁੰਦਾ ਓਕਾ ਪਰ ਇਹ ਸਾਡੇ ਪੁਆਇੰਟ ਆ ਵੀ ਤੁਹਾਨੂੰ ਲੱਗਦੀ ਹੈ ਬਟ ਮੈਨੂੰ ਲੱਗਦਾ ਜਦੋਂ ਆਪੇ ਤੁਹਾਡੇ ਔਨ ਲੋਕੇਸ਼ਨ ਸ਼ੂਟਸ ਤੇ ਆਉਂਦੇ ਆ ਨਾ ਅਦੋਂ ਅਸੀਂ ਵੀ ਫੀਲ ਕਰਦੇ ਆ ਕਿ ਇਹਨਾਂ ਲਈ ਵਾਕਈ ਇਨ ਹੈਕਟਿਕ ਹੈ ਚੀਜ਼ਾਂ ਕਰਨਾ ਹੈ ਨਾ ਇੱਕ ਤੁਸੀਂ ਆਪਣੇ ਕੈਰੈਕਟਰ ਦੇ ਵਿੱਚ ਉਹ ਨਾਲੇ ਮੈਨੂੰ ਲੱਗਦਾ ਵੈਦਰ ਬਹੁਤ ਇੰਪੋਰਟੈਂਟ ਹੋ ਦੋ ਪਲੇ ਕਰਦਾ ਲਾਈਕ ਆਪਾਂ ਕਦੇ ਕਦੇ ਫਿਲਮ ਸ਼ੁਰੂ ਕਰਦੇ ਆ ਸਮਰਸ ਚ ਮੁੱਕਦੀ ਆ ਵਿੰਟਰਸ ਚ ਸੈਕੰਡ ਸ਼ੈਡਿਊਲ ਵਿੰਟਰ ਚ ਲਾਦਾ ਉਦੋਂ ਤੁਸੀਂ ਉਹੀ ਪਤਲੇ ਜੇ ਕੱਪੜੇ ਪਾ ਕੇ ਸ਼ੂਟ ਕਰਨਾ ਤੇ ਬਾਹਰ ਟੈਂਪਰੇ ਹਿੰਦੀ ਫਿਲਮ ਜਿਹੜੀ ਕਰਕੇ ਆਇਆ ਉਹਦਾ ਬੈਕ ਡ੍ਰੌਪ ਸਾਰਾ ਮਸੂਰੀ ਦਾ ਹੈ ਮਸੂਰੀ ਚ ਥੱਲੇ ਕੋਟੀਆਂ ਉੱਤੇ ਵੱਡੀਆਂ ਲੌਂਗ ਕੋਟ ਜੈਕਟ ਤੇ ਉਹਦਾ ਇੰਟੀਰੀਅਰ ਸ਼ੂਟ ਬੰਬੇ ਹੋਇਆ ਹੈ ਉਹ ਮੇਰਾ ਉਹ 90s ਦਾ ਬੰਬੇ ਸ਼ੂਟ ਹੋਇਆ ਬੰਬੇ 13 ਦਿਨ ਸ਼ੂਟ ਸੀਗਾ 13 14 ਦਿਨ ਤੇ ਉੱਤੇ ਮੈਂ ਲੌਂਗ ਕੋਟ ਪਾ ਕੇ ਫਿਰ ਰਿਹਾ ਬੁਰੇ ਹਾਲ ਦੇ ਇੱਕ ਸੀਨ ਕਰਦਾ ਲਾ ਦਿੰਦਾ ਸੀ ਬੇਹੋਸ਼ ਹੋਣ ਵਾਲਾ ਹੋ ਜਾਂਦਾ ਸੀ ਬੰਦਾ ਇੰਨੀ ਕਰਮੀ ਲਾਤੀ ਹੂੰ ਸੇ ਆਪੇ ਹਿਸਾਬ ਲਾਓ ਇਹ ਯੂ ਹੈਵ ਟੂ ਵੇਅਰ ਤੁਹਾਨੂੰ ਪੌਣੇ ਪਹਿਣਨੇ ਨੇ ਕਿਉਂਕਿ ਕੰਟੀਨਿਉਟੀ ਹੈ ਫਸਿਆ ਹੋਇਆ ਕੰਮ ਆਪਾਂ ਕੈਨੇਡਾ ਦੀ ਠੰਡ ਚ ਮਾਈਨਸ ਪਤਾ ਨਹੀਂ ਕਿੰਨਾ ਲੱਫ ਪੰਜਾਬ ਦਾ ਕਲਾਈਮੈਕਸ ਸੀ ਪਤਾ ਨਹੀਂ ਕਿੰਨਾ ਇਡਿਸੈਂਬਰ ਐਂਡ ਡਿਸੈਂਬਰ ਮੈਂ ਪਾਇਆ ਸਲੀਵਲੈਸ ਉਹ ਗਾਉਂਜਾ ਮੈਨੂੰ ਬਾਰ ਬਾਰ ਅਮਰਿੰਦਰ ਪਾਜੀ ਪੁੱਛਣ ਕਹਿੰਦੇ ਤੂੰ ਇੱਥੇ ਜਾਣਾ ਨਹੀਂ ਤੇ ਹੁਣ ਅੰਬਰ ਕਿ ਮੈਂ ਸੋਚ ਰਿਹਾ ਦੋ ਮਿੰਟ ਮੈਂ ਕੀ ਤੇ ਬਾਕੀ ਕਿਸੇ ਦੀ ਅੱਖ ਵੀ ਨਹੀਂ ਦੇਖ ਰਹੀ ਮਤਲਬ ਲੋਕੀ ਇੰਨੇ ਟਕੇ ਹੋਇਆ ਹੈ ਨਾ 12 ਘੰਟਿਆਂ ਦੇ ਬਾਅਦ ਜਦੋਂ ਮੈਂ ਵਾਪਸ ਗਿਆ ਮੈਂ ਬਾਥਟੱਬ 'ਚ ਜਾ ਕੇ ਲੇਟੀ ਹੈ ਨਾ ਮੈਨੂੰ 2 ਘੰਟੇ ਦਾ ਡੀਫ੍ਰੋਸਟ ਹੋਣ ਨੂੰ ਲੱਗੇ 2 ਘੰਟੇ ਬਾਅਦ ਜਾ ਕੇ ਮੇਰੀ ਹੱਡੀਆਂ ਨੇ ਕਿਹਾ ਹੈਲੋ ਯੂ ਐਗਜ਼ਿਸਟ ਡੀਫ੍ਰੋਸਟਿੰਗ ਜਾਂਚ ਲਈ ਆਉਂਦੀ ਹੈ ਮਤਲਬ ਬਈਆਂ ਤਾਂ ਹੁੰਦੀਆਂ ਬਈ ਸਾਡਾ ਵਿਆਹ ਕਿ ਉੱਥੇ ਜਦੋਂ ਆਦਮਿਕ ਸੀ ਕੋਚਲੀ ਕਰੀਏ -8 ਹੁੰਦਾ ਸੀ ਅਸੀਂ ਜੂਰਾ ਟਾਈਮ ਜੰਗਲਾਂ ਚ ਕਿਆ ਕੱਢਿਆ ਪਤਾ ਨਹੀਂ ਪੂਰਾ ਟਾਈਮ ਜੰਗਲਾਂ ਜਾਂਦੇ ਸੀ ਤੇ ਇੱਕ ਦਿਨ ਪਾਣੀ ਚ ਸੀਗੇ ਉਦੋਂ -14 ਸੀ ਤੇ ਉਹ 150 ਦੀ ਸਪੀਡ ਤੇ ਜਾ ਰਹੀ ਸੀ ਜਿਹੜੀ ਉਹ ਬੋਟ ਜਿੰਦੀ ਸੀ ਮੋਰ ਜੀ ਹਾਂਜੀ ਰੱਬ ਦਾ ਨਾਮ ਪਰ ਬੰਦਾ ਯੂਸਚੁਅਰ ਅੰਦਰ ਕੰਮ ਕਰਦਾ ਸੋ ਯੂ ਹੈਵ ਟੂ ਹਮ ਨਿਮਰਤ ਅਸੀਂ ਹੋ ਰਹੇ ਹਾਂ ਯੂਸ ਟੂ ਹੌਲੀ ਹੌਲੀ ਫਿਲਮ ਜਦੋਂ ਜਿੱਦਾਂ ਇਹਦਾ ਕਰ ਰਹੇ ਹੋ ਹਾਂਜੀ ਹਰੇਕ ਤੱਕ ਤੁਹਾਨੂੰ ਤਾਂ ਨਹੀਂ ਫੇਸੇ ਕਰਨੀ ਪਈ ਚੀਜ਼ ਕੋਈ ਨਹੀਂ ਇਹ ਤਾਂ ਕਰਨੀ ਹੀ ਪੈਂਦੀ ਹੈ ਜਦੋਂ ਗਾਣਿਆਂ ਦਾ ਸ਼ੂਟ ਕਰਦੇ ਉਦੋਂ ਵੀ ਕਰਨੀ ਪੈਂਦੀ ਹੈ ਕਈ ਵਾਰ ਇੰਨੀ ਠੰਡ ਚ ਸ਼ੂਟ ਕਰ ਰਹੇ ਹੁੰਦੇ ਆ ਉਹ ਤਾਂ ਕਰਨੀ ਪੈਣੀ ਉਹ ਤਾਂ ਕਰਨਾ ਹੀ ਪਊਗਾ ਕਿ ਲਾਸਟ ਕੁਐਸਚਨ ਹੈ ਤੁਸੀਂ ਤਿੰਨਾਂ ਨੇ ਕੋਈ ਆਪਣੇ ਘਰ ਦੇ ਵਿੱਚ ਰੂਲ ਬਣਾਇਆ ਹੋਵੇ ਤੇ ਜੇ ਕੋਈ ਉਹ ਰੂਲਸ ਫਾਲੋ ਨਾ ਕਰੇ ਤਾਂ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੋਵੇ ਸਰਗੁਣ ਤੁਸੀਂ ਸਟਾਰਟ ਕਰੋ ਘਰ ਦੇ ਵਿੱਚ ਰੂਲ ਬਣਾਇਆ ਹੈ ਤਾਂ ਹੀ ਤੁਸੀਂ ਕੋਈ ਬਸ ਮੇਡ ਡੌਗਸ ਲਈ ਕਿ ਉਹ ਅੰਦਰ ਵਾਸ਼ਰੂਮ ਨਹੀਂ ਕਰ ਸਕਦੇ ਇਹ ਅਤਿ ਅਸ਼ਰੀ ਯਾਰ ਘਰ ਦੇ ਅੰਦਰ ਕੋਈ ਥੋੜੀ ਆਸ-ਪਾਸ ਜਾਂਦੇ ਕੋਈ ਵੀ ਪਰਦਾ ਚੱਕ ਦੇਖਿਆ ਬੇਉਤਰਤਾ ਇਹਦੇ ਮੁੰਡੇ ਆ ਵੀ ਉਹ ਸਮਝ ਜਾਂਦੇ ਐ ਮਰੀ ਨਹੀਂ ਸਮਝ ਜਾਂਦੇ ਹੋ ਉਹਨਾਂ ਨੂੰ ਇੱਕ ਵਾਰੀ ਤੁਸੀਂ ਟਾਇਲਟ ਟ੍ਰੇਨ ਕਰ ਦੋ ਫਿਰ ਨਹੀਂ ਕਰਦੇ ਕਾਲਾਂ ਕੱਢਦੇ ਹੋਣਗੇ ਤੈਨੂੰ ਪਤਾ ਹੋ ਕਿੱਥੋਂ ਆਈਏ ਤੂੰ ਬੰਬੀ ਰਿਆ ਕਰ ਉਹਨਾਂ ਨੂੰ ਆਪ ਰਹਿਣਾ ਪੈਂਦਾ ਫਿਰ ਜਦੋਂ ਸਮੈਲ ਆਉਗੀ ਤਾਂ ਉਹਨਾਂ ਨੂੰ ਵੀ ਤਾਂ ਆਊਗੀ ਜੋ ਮਜਬੂਰੀ ਕਈ ਨਹੀਂ ਪਤਾ ਲੱਗਦਾ ਉਹ ਵਿਚਾਰਾ ਬੈਲਕਨੀ ਖੁੱਲੀ ਰਹਿੰਦੀ ਹੈ ਉਹਨਾਂ ਦੇ ਲਈ ਮੈਟਸ ਲੱਗੇ ਰਹਿੰਦੇ ਹਨ ਉਹਨਾਂ ਦੇ ਬੈਲਕਨੀ ਦਾ ਦਰਵਾਜਾ ਬੰਦ ਹੋਵੇ ਫਿਰ ਨਹੀਂ ਕਦੇ ਨਹੀਂ ਹੁੰਦਾ ਉਹਨਾਂ ਦੇ ਮੈਟਸ ਲੱਗੇ ਹੁੰਦੇ ਉਹਨਾਂ ਨੂੰ ਪਤਾ ਹੈ ਕਿਆ ਉਹਨਾਂ ਦਾ ਟਾਇਲਟ ਸਪੇਸ ਹੈ ਉਹਨਾਂ ਨੂੰ ਥੱਲੇ ਜਾ ਕੇ ਹੋਊਗਾ ਮੋ ਸੌਰੀ ਫੀਲ ਕਰ ਰਹੀ ਹਾਂ ਟਾਈਮ ਮੈਂ ਤੁਹਾਡੇ ਘਰ ਦੇ ਵਿੱਚ ਕੋਈ ਰੂਲ ਬਣਿਆ ਹੋਇਆ ਏਦਾਂ ਨਹੀਂ ਆਈ ਡੋਨਟ ਥਿੰਕ ਸਾਡੇ ਹੈ ਨਹੀਂਗਾ ਜੀ ਕੋਈ ਕੋਈ ਵੀ ਰੂਲ ਹੈ ਨਹੀਂਗਾ ਜੀ ਨਹੀਂ ਆਪ ਹੀ ਨਹੀਂ ਫੋਲੋ ਕਰਦੇ ਕੋਈ ਰੂਲ ਜੀ ਬਣਾ ਲੈਨੇ ਆਪੇ ਟੁੱਟ ਜਾਂਦਾ ਆਪ ਹੀ ਤੋੜ-ਤੋੜ ਲਈਦਾ ਤੁਸੀਂ ਚੌਥੇ ਦਿਨ ਕੋਈ ਐਸਾ ਚੈਨ ਨਹੀਂਗਾ ਜੀ ਪ੍ਰੋਪਰ ਵੱਟ ਮੈਨੂੰ ਏਦਾਂ ਹੁੰਦਾ ਵੀ ਮਤਲਬ ਅ ਵਿਜੇ ਕੋ ਘਰ ਹੈ ਤੇ ਵਿਲਾ ਬੈਠਾ ਹੈ ਤੇ ਜੇ ਮੈਂ ਜਮ ਜਾ ਰਾਂ ਤਾਂ ਉਹਨਾਂ ਨਾਲ ਲੈ ਜਾਂਦਾ ਵੀ ਚੱਲ ਉੱਠ ਤੇ ਕੋਈ ਘੰਟਾ ਕੋ ਮੇਰਲਾ ਤੇ ਜਾਂ ਕੋਲ ਖੜਾ ਰਹਿ ਗੱਲਾਂ ਬਾਤਾਂ ਕਰ ਲਾ ਵਿਹਲੇ ਹੁੰਨੇ ਜਿਹੜੋ ਗੱਲਬਾਤ ਹੋ ਜੀਦੀ ਬਸ ਇਹ ਉਹ ਮੈਂ ਵਿਹਲਾ ਜੋ ਕੇ ਲੰਨ ਤੇ ਵਿਹਲਾ ਬਹਿ ਨਹੀਂ ਦਿੰਦਾ ਮਤਲਬ ਕਿ ਇਹਨੂੰ ਜੇ ਕੋਈ ਫ੍ਰੀ ਹੈ ਕੰਮ ਨਹੀਂ ਕਰ ਰਿਹਾ ਕੋਈ ਨਹੀਂ ਮੈਂ ਤੁਸੀਂ ਤੁਹਾਡੇ ਵੱਲੋਂ ਇਹਦੇ ਘਰ ਦੀ ਕੋਈ ਲਾਈਟ ਨਾ ਜਗਾਏ ਬਸ ਇਹਨਾਂ ਨੇ ਹਨੇਰੇ ਚ ਸੰਦ ਹੈ ਨਾ ਕਿਸ ਨੇ ਆ ਕੇ ਲਾਈਟ ਜਲਾਈ ਸੋ ਆਊਟ ਆ ਤਨੀ ਖਰਾਬ ਲੱਗ ਰਹੀ ਹੈ ਕਿੰਨੀ ਲੱਗ ਗਈ ਹੋਈ ਹੈ ਜੀ ਲਾਈਟ ਨਹੀਂ ਨਹੀਂ ਠੀਕ ਹੈ ਠੀਕ ਹੈ ਹਰ ਤੱਕ ਚੱਲ ਰਿਹਾ ਬਸ ਹੁਣ ਐਂਡਿੰਗ ਤੇ ਹੀ ਆ ਗਿਆ ਹੈ ਨਾ ਸੋ ਇਹ ਗੇਮ ਸੀ ਕਿ ਤੁਸੀਂ ਬਹੁਤ ਅੱਛੇ ਅੱਛੇ ਆਨਸਰਸ ਦਿੱਤੇ ਥੈਂਕ ਯੂ ਸੋ ਮੱਚ ਐਂਡ ਉਹ ਗੇਮ ਤਾਂ ਚਲੋ ਤੁਹਾਡੇ ਤੋਂ ਵੀ ਸੈਕਿੰਡ ਟਾਈਮ ਪਿਆ ਗਿਆ ਸੀਗਾ ਥਰਡ ਟਾਈਮ ਪਿਆ ਸੀ ਬਟ ਵਧੀਆ ਸੀ ਹੈ